ਓ ਜੀ ਅੱਜ ਦਾ ਬਲੌਗ ਹੈਗਾ ਮੈਡਮ ਹੁਣੇ ਪਹਿਲਾਂ ਆਏ ਸੀਗੇ ਇੰਟਰਵਿਊ ਲੈਣ ਤੇ ਕੰਪਨੀ ਵਾਲੇ ਕਹਿੰਦੇ ਹਾਸੇ ਬਹੁਤ ਪਾਏ ਕਹਿੰਦੇ ਦੁਬਾਰਾ ਲੈ ਕੇ ਆਓ ਕਹਿੰਦੇ ਇੰਟਰਵਿਊ ਤੇ ਬਾਕੀ ਆਪ ਪੈਰੀਆਂ ਥਲਾ ਭੈਣ ਦੇ ਇਹ ਮੁੰਡਾ ਆਇਆ ਜੀ ਹੈਪੀ ਇਹ ਆਇਆ ਜੀ ਭੱਜ ਕੇ ਪਿੰਡੋਂ ਸਿੰਗਾਪੁਰ ਸੀਗਾ ਹਾਂਜੀ ਜਿੱਦਾਂ ਗਰੁੱਪ ਵਾਲਿਆਂ ਦੀ ਮੰਗ ਸੀਗੀ ਲੱਤਾਂ ਦੁਖਣ ਲੱਗ ਪੈਂਦੀਆਂ ਸੀ ਘੁੱਟਣ ਨੂੰ ਇੱਕ ਬੰਦਾ ਚਾਹੀਦਾ ਹੁਣ ਇਹ ਸ਼ਾਮਲ ਕੀਤਾ ਆ ਜਾਓ ਅੰਦਰ ਲੰਘੇ ਆਓ ਆ ਜਾਓ ਬਾਕੀ ਇੱਧਰ ਆਈ ਡੀ ਲਿਖਾਈ ਆ ਸਨੈਪਚੈਟ ਦੀ ਵੀ ਇੰਸਟਾਗ੍ਰਾਮ ਦੀ ਵੀ ਗੱਡੀ ਦੇ ਪਿੱਛੇ ਮੈਂ ਕਿਹਾ ਰਾਸ਼ਨ ਕਾਰਡ ਰਹਿ ਗਿਆ ਹੁਣ ਉਹ ਵੀ ਲਿਖਾ ਦਿਓ ਹੁਣ ਮੰਮੀ ਦਾ ਨਾਮ ਡੈਡੀ ਦਾ ਨਾਮ ਚਲੋ ਹੁਣ ਆ ਜਾਓ ਭਲਵਾਨ ਜੀ ਮੈਡਮ ਹੁਣੇ ਕਹਿੰਦੇ ਮੈਂ ਬੁੱਧੂ ਹੋਣਾ ਤੋਂ ਇੰਸਪਾਇਰ ਹੋ ਗਈ ਹਾਂ ਜਿੱਦਾਂ ਖਾਣਾ ਪੀਣਾ ਮੋਟੇ ਹੋ ਗਏ ਨਾ ਪਰ ਜ਼ਿਆਦਾ ਨਾ ਹੋਇਓ ਹੋਰ ਨਾ ਐਕਸਪਾਇਰ ਹੀ ਹੋ ਜਾਇਓ ਜੀ ਬਾਅਦ ਚੋਂ ਇਹ ਭੰਤ ਦੇ ਰਾਸ਼ਨ ਖਾਧੇ ਆ ਜੀ ਕੱਚ ਪਚਾਏ ਆ ਇਹਨਾਂ ਨੇ ਉਹ ਆਹ ਕੀ ਲੈ ਆ ਚਲੋ ਦੇ ਦਿਓ ਹੁਣ ਭਲਵਾਨ ਜੀ ਫੜਾ ਦਿਓ ਹੋਰ ਰੈਡ ਬੁੱਲਾਂ ਲਿਆ ਭਲਵਾਨ ਤੂੰ ਆ ਗਈ ਯਾਰ ਲੈ ਇਹ ਬਸ ਪੀਣੀ ਨੀ ਮੋਹਰੇ ਰੱਖਣੀ ਕੈਮਰੇ ਦੇ ਨਾਲ ਏਦਾਂ ਸਿਪ ਕਰਕੇ ਹਾਂਜੀ ਇਹ ਤਾਂ ਸ਼ੁਕਰ ਕਰੋ ਤੁਹਾਨੂੰ ਕੋਕ ਪਲਾਤੀ ਨੇ ਤਾਂ ਉੱਥੇ ਤਾਂ ਪਾਣੀ ਨੀ ਜੁੜਦਾ ਜੀ ਇਹਨਾਂ ਦੱਸੇਗਾ ਜੀ ਕਾਦੀਆਂ ਪੈਂਡ ਤੇ ਉੱਥੋਂ ਕੱਢਿਆ ਸਿੰਗਾਪੁਰ ਗਿਆ ਫਿਰ ਸਿੰਗਾਪੁਰ ਉਂਗਲ ਬੜਾ ਕੇ ਆ ਗਿਆ ਹਨਾ ਫਿਰ ਉੱਥੋਂ ਕੱਢਿਆ ਫਿਰ ਦੁਬਾਰਾ ਆ ਗਿਆ ਬਹੁਤ ਤੇਜ਼ ਆ ਦੇਖ ਲੋ ਸੋਨੇ ਦੀਆਂ ਚੈਨਾਂ ਅੱਛਾ ਠੀਕ ਆ ਜੀ ਹਜੇ ਕੁਵਾਰਾ ਹੀ ਆ ਐਨਕਾਂ ਲਾ ਕੇ ਦਿਖਾਓ ਭਾਜੀ ਮੜ ਜਾ ਐਨਕਾਂ ਲਾ ਕੇ ਨਹੀਂ ਫੇਰ ਕੀ ਹੋਇਆ ਪਤਾ ਕਿੱਦਾਂ ਲੱਗੂ ਪਛਾਣ ਕਿੱਥੋਂ ਹੋਣਾ ਤੁਸੀਂ ਪਛਾਣ ਇੱਦਾਂ ਹੀ ਹੋਣਾ ਵੀ ਐਨਾ ਕਿੱਦਾਂ ਆਇਆ ਇਹ ਹਾਂਜੀ ਦਾਂਦੇ ਨੇ ਲਵਾਇਆ ਜੀ ਮੜਿਆ ਤੇ ਆਇਆ ਪਤਾ ਵਜ੍ਹਾ ਕੀ ਸੀ ਇਹਨੂੰ ਬੰਦ ਕਰ ਦਾਂਦੇ ਦਾ ਭੁਰ ਗਿਆ ਸੀ ਘਰ ਵਾਲੀ ਨਾਲ ਹੱਥੋਂ ਪਾਈ ਹੋ ਗਿਆ ਉਹਨੇ ਬੇਲਣਾ ਮਾਰਿਆ ਦੰਦ ਟੁੱਟ ਗਿਆ ਇਹਨੇ ਜਦ ਦੇਖਿਆ ਮੰਮੀ ਡੈਡੀ ਨੂੰ ਪਤਾ ਲੱਗ ਜਾਣਾ ਸੋਨੇ ਦਾ ਲਵਾ ਲਿਆ ਵੀ ਉਹਨਾਂ ਨੂੰ ਮੈਨੂੰ ਪਤਾ ਲੱਗੇ ਕਿੰਨੇ ਪੈਸੇ ਲਾਏ ਸੀ ਭਾਜੀ ਦੰਦ ਤੇ ਹੈ ਬੇਲਣਾ ਯਾਦ ਆ ਬੇਲਣਾ ਭਲਵਾਨ ਜੀ ਤੁਸੀਂ ਸੰਗੀ ਜਾਂਦੇ ਆ ਅੱਜ ਬੜੇ ਚਿਰਾਂ ਬਾਅਦ ਆਇਆ ਜੀ ਭਲਵਾਨ ਮੇਰੇ ਖਿਆਲ ਹਫਤੇ ਬਾਅਦ ਆਇਆ ਹੋਣਾ ਭਾਜੀ ਹਫਤਾ ਹੋ ਗਿਆ ਭਲਵਾਨ ਤੇ ਦਿਲ ਲੱਗ ਗਿਆ ਸੀ ਭਲਵਾਨ ਜੀ ਤੁਹਾਡਾ ਪਿੰਡ ਹੈ ਥੋੜਾ ਮੰਜਾ ਤਾਂ ਵੱਢਣ ਨੂੰ ਕਰਦਾ ਹੋਣਾ ਤੈਨੂੰ ਪੀਲਾ ਪਹਿਲਾਂ ਮੈਡਮ ਹੁਣ ਬੈਗ ਹੀ ਇੱਦਾਂ ਲੈ ਕੇ ਆਏ ਬਹੁਤ ਜਿੱਦਾਂ ਡੰਗਰਾਂ ਦਾ ਡਾਕਟਰ ਨੀ ਆਇਆ ਹੁੰਦਾ ਡੰਗਰ ਵੀ ਬੈਠਾ ਸਾਡੇ ਕੋਲ ਨਹੀਂ ਭਾਜੀ ਕੀ ਦਿਖਾ ਮੜ ਜਾ ਚਾਨਣਾ ਤਾਂ ਪਵਾ ਬੈਗ ਚ ਕੀ ਆ ਉਹ ਹੈਡਫੋਨ ਉਹ ਡੋਲ ਜਾਣਾ ਓਏ ਹੋਰ ਕੈਮਰੇ ਦਾ ਕੋਈ ਨੀ ਥੱਲੇ ਸੋਫਾ ਨਾ ਗੰਦਾ ਹੋਵੇ ਹੋਰ ਸੋਫੇ ਦਾ ਕੱਪੜਾ ਧੋਣਾ ਪੈਣਾ ਨੇ ਤਾਂ ਤੁਹਾਨੂੰ ਜੀ ਉਨਾ ਚਿਰ ਨੀ ਜਾਣ ਦੇਣਾ ਚ ਫੜ ਫੜ ਕੇ ਸਿਖਾਇਓ ਏਦਾਂ ਕੱਪੜਾ ਏਦਾਂ ਮਾਰ ਮਾਰ ਕੇ ਨਾਲੇ 5 ਮੀਟਰ ਮੈਡਮ ਨੂੰ ਕੱਪੜਾ ਵੀ ਲੈ ਕੇ ਦੇਣਾ ਦਿਵਾਲੀ ਤੇ ਕਿ ਜਦੋਂ ਆਉਂਦੇ ਆ ਇਹਨਾਂ ਦੇ ਗਿੱਟੇ ਨੰਗੇ ਹੀ ਹੁੰਦੇ ਆ ਕੱਪੜੇ ਦੇ ਹਿਸਾਬ ਤੇ ਪਾ ਲਿਆ ਕਰਨਗੇ ਹੁਣ ਇਹ ਕਹਿੰਦੇ ਵੌਇਸ ਚੈੱਕ ਕਰ ਲਓ ਦੇਖ ਬੁੱਧੂ ਬੋਲ ਕੇ ਮੜ ਜਾ ਬੁੱਧੂ ਨੇ ਚੱਕ ਕੇ ਇਦਾਂ ਹੈਲੋ ਕਹਿੰਦਾ ਹਲ ਤੂੰ ਸਪੀਕਰ ਪਾੜ ਦੇਣੇ ਸਹੀ ਆਉਂਦੀ ਬਾਜ ਯਾਰ ਭਲਵਾਨ ਜੀ ਦੇਖ ਤੁਸੀਂ ਬੋਲੋ ਭਲਵਾਨ ਜੀ ਗਾਣਾ ਸੁਣਾਓ ਅੱਜ ਕੋਈ ਗਾਣਾ ਸੁਣਾਓ ਕੋਈ ਗਾਣਾ ਹਾਂ ਛਤਰੀ ਤੋਂ ਉੱਡ ਗਈ ਵੌਇਸ ਹੈਲੋ ਮਿੱਤਰਾਂ ਦੀ ਛਤਰੀ ਤੋਂ ਉੱਡ ਗਈ ਅੱਗੇ ਕਿੱਥੇ ਉੱਡ ਗਏ ਗਾਣੇ ਦੀ ਤਰਜ ਕੱਢ ਆ ਦਿਖਾ ਦਾ ਮੜ ਜਾ ਹੈ ਜੋੜਿਆ ਕਾਹਦਾ ਹੋਰ ਚੱਲ ਇੱਧਰ ਬਸ ਰੇਸ਼ਾ ਨਾਲ ਸੈਡ ਦੀ ਜ਼ਿਆਦਾ ਗਾਹ ਨੂੰ ਲਈ ਜਾਂਦਾ ਸਹੀ ਆਉਂਦੀ ਭਾਜੀ ਬਾਜ ਸਹੀ ਆ ਆ ਜਾਓ ਬੋਲੋ ਮੜ ਜਾ ਇੱਧਰ ਬੋਲੋ ਅੱਗੇ ਕੀ ਬੋਲਣਾ ਕਹਿੰਦਾ
शक्ति तेन आदे हो गए गबे मैडम जिनी कमाई हुई इंटरव्यू तो मैं जिनी कमाई हुई इंटरव्यू तो जिनी कमाई हुई इंटरव्यू तो 10% साढ़े भरा देनी है अगे पेंटा पार्टियां ओदिया नहीं पेंटा पार्टियां जी इन पेंट लेके देनी दंद दुंद रैप चाड़िया जी ए लो जी आ जा इधर आ दौड़ गया तेरी तो कुत्ते खाने करने बिठा के चलो दोबारा जी मैडम दोबारा अंदरों एन पाके मनजीत जी हैपी जी बुद्धू जी भलवान जी भिंदा जी बहुत सारा प्यार मिलिया पहले ओ प्यार थोड़ा जा सानू भी साडेला कोटा सानू दे दियो जिदा नवा मुंडा भर्ती कीता इहदी झोली पा दियो तुसी मेरे मैं इहनू तेल लेके देना लत्तां विच थणियां वी न्यू मेंबर ज्वाइन कीता इह नवा मेंबर आया है मैं भी दसना चाहनी आ इहनां दे नवे मेंबर हैप्पी जी ने पहली वारी इंटरव्यू दे विच बैठे ने पहला नहीं सी साडे नाल मौजूद पहला जेल सीगा जी चोरी कर ली सी गुआंडियां ने चक लिया सी कुछ नहीं आटा उटा ठीक आ इहदे इहनां ने खुद ही जगह आ आवाज बहुत क्लियर करो टी आवाज पिछली बार इंटरव्यू मनजीत जी मिठापुर तो नहीं गए हैप्पी जी भी जुड़े ने भलवान जी का भी ऑलमोस्ट हम सारे पता लगा की मिठापुर तो नहीं गए पर फिर भी असं इन्हों का पिछोकड़ जाना चाहवागे मनजीत जी तुम भी आपके पिछोकड़ बारे दसना हैप्पी जी तुम भी बुद्धू जी भलवान जी पिंदा जी पहला जिदा अस रेंदे सके अपने मठाडे जी मेरा जन्म कादियां दा वैसे उदो गां पिछा तो पता नहीं बुढ़े तुरे ही आए गां दी गां मैं कादियां तो आईयां जी फेल होने की वजह की सी पक्के पेपर च जाके मेरे लड़ पिया
ਮੈਨੂੰ ਤਜਰਬਾ ਬਹੁਤ ਸੀ ਪਾਰਟੀ ਚਲਾਉਣ ਦਾ। ਸੇਮ ਪੇਪਰ ਆਉਂਦਾ ਹੁੰਦਾ ਸੀ, ਜੇ ਤਾਂ ਬੋਲਦਾ ਹੁੰਦਾ ਤਾਂ ਪਾਰਟੀ ਨੂੰ ਮੈਂ ਦੇ ਦਿਆ ਕਰਨੀ ਸੀ ਆਪਣੇ ਵਾਲੇ, ਤੇ ਇਹ ਪਰਾਕੜ ਜਿਹਾ ਰਿਹਾ ਤੇ ਯਾਰ ਹੋਣੀ ਫੇਲ ਹੋ ਗਿਆ। ਪਰ ਭਰਾ ਨੇ ਤਰੱਕੀ ਬਹੁਤ ਕੀਤੀ, ਸਿੰਗਾਪੁਰ ਜਾ ਕੇ ਮੱਲਾਂ ਮਾਰੀਆਂ, ਬਾਕੀ ਬੂਠਾ ਪੜਾਇਆ ਜਾ ਕੇ ਉੱਥੇ ਬੂਠਾ ਉਹਨੇ ਟੱਕ ਜਿਹਾ ਮਾਰ ਕੇ ਜਿੱਦਾਂ ਕੋਂਪਣੀ ਤੇ ਕੇਸ ਇਹਨੂੰ ਤਜਰਬਾ ਆ ਕੇਸ ਤੇ ਉੱਤਰ ਕੇ 25 ਲੱਖ ਰੁਪਇਆ ਲੈ ਕੇ ਆਇਆ। ਦੇਖੋ ਆਪਾਂ ਜੋ ਪਹਿਲਾਂ ਕਰਦੇ ਸੀ ਅੱਜ ਵੀ ਓਹੀ ਕਰਦੇ ਆ, ਆਪਣਾ ਹੈਗਾ ਧੰਦਾ ਖੇਤੀਬਾੜੀ ਦਾ ਜੀ। ਮੈਂ ਮੇਰੇ ਹਿਸਾਬ ਨਾਲ 6ਵੀਂ ਕਲਾਸ ਚ ਸੀਗਾ ਜਦੋਂ ਡੈਡੀ ਨੇ ਉਧਰ ਨੂੰ ਤੋਰ ਦਿੱਤੇ ਸੀਗੇ। ਖੇਤੀਬਾੜੀ ਕਰਦੇ ਸੀ ਪਹਿਲਾਂ, ਚਲੋ ਦਿਨ ਕੁਛ ਹੋਰ ਸੀ, ਹੌਲੀ ਹੌਲੀ ਚੇਂਜ ਹੁੰਦੇ ਆਏ ਤੇ ਬਾਕੀ ਚਲੋ ਅੱਜ ਮਾਲਕ ਦੀ ਦਇਆ ਆ ਜੀ, ਤਰੱਕੀ ਮਿਲ ਗਈ ਆ। ਪਰ ਤਰੱਕੀ ਏਦਾਂ ਮਿਲੀ ਪਰ ਲੋਕ ਸੜਦੇ ਵੀ ਆ ਜੀ। ਹੈਲੋ, ਅੱਡੀ ਨੂੰ ਗੂੰਹ ਨੀ ਲੱਗਾ ਹੁੰਦਾ ਇਹ ਤਾਂ ਰਾਜ ਪੁੱਛੋ। ਮੈਂ ਦੱਸ ਦਿੰਦਾ ਜੀ, ਇਹ ਚਲੋ ਵਿਚਾਰੇ ਦੀ ਗਲਤੀ ਤਾਂ ਏਡੀ ਹੈ ਨੀ ਸੀ, ਜਾਣੀ ਕਿ ਗਲਤ ਬੰਦਿਆਂ ਦੇ ਨਾਲ ਰਲ ਗਿਆ ਸੀਗਾ ਤੇ ਚੋਰੀ ਖਰਿਆ ਉਹਨਾਂ ਨੇ ਵੀ ਕੀਤੀ, ਇਹਨੂੰ ਤਾਂ ਥੋੜੇ ਹੀ ਮਿਲੇ ਸੀਗੇ ਤੇ ਇਹਤੇ ਕੇਸ ਪੈ ਗਿਆ ਸੀ ਇਹਦੇ ਘਰਦਿਆਂ ਨੇ, ਇਹਨੂੰ ਬਾਹਰ ਕੱਢ ਦਿੱਤਾ ਜੀ। ਉਦੋਂ ਬਾਅਦ ਜਾਣੀ ਕਿ ਸੁਧਰ ਗਿਆ। ਸਿੰਗਾਪੁਰ ਕਿੰਨੇ ਸਾਲ ਲਾਏ? 9 ਸਾਲ। ਉਹ ਜਾਣੀ ਕਿ ਦਿਲ 'ਚ ਸ਼ੈਤਾਨੀਆਂ ਰੱਖੀਆਂ ਕੰਪਨੀ ਦੇ ਕੇਸ ਕਰਕੇ, 15-20 ਲੱਖ ਲੈ ਆਇਆ, 5-4 ਲੱਖ ਦਾ ਸੋਨਾ ਬਣਾ ਲਿਆ ਤੇ ਗੱਡੀ ਲੈ ਲਈ, ਬੁਲਟ ਮੋਟਰਸਾਈਕਲ ਲੈ ਲਿਆ। ਮੈਡਮ ਪਹਿਲਾਂ ਏਦਾਂ ਸੀ, ਅਸੀਂ ਇਕੱਠੇ ਜਾਂਦੇ ਹੁੰਦੇ ਕਬੱਡੀ ਖੇਡਦੇ ਸੀ, ਫਿਰ ਹੌਲੀ ਹੌਲੀ ਜਿੱਦਾਂ ਮੈਂ ਹੌਲੀ ਹੌਲੀ ਰਜਾਈ ਚ ਖੇਡਣ ਲੱਗ ਪਿਆ ਤਾਂ ਦੇਖ ਲਵੋ ਥੱਲੇ ਪੜ ਜਾ, ਇਹਨੂੰ ਕਿਹੜਾ ਪ੍ਰੈਸ ਮਾਰਨੀ ਆਉਂਦੀ, ਉਹਦੇ ਜਦੋਂ ਗਰਮੀ ਬਹੁਤ ਸੀ ਭਾਜੀ, ਉਹ ਕਦੇ ਇਹਦੇ ਥੱਲੇ ਨੂੰ ਏਦਾਂ ਗਿਆ, ਇਹਨੇ ਪ੍ਰੈਸ ਇੰਨੀ ਜ਼ੋਰ ਦੀ ਮਾਰੀ ਮੁੰਡੇ ਦਾ ਮੱਥਾ ਵੱਜਿਆ ਥੱਲੇ। ਜਦੋਂ ਉੱਠਿਆ ਸਾਨੂੰ ਕਹਿੰਦਾ ਭਾਜੀ ਤੁਸੀਂ ਤਾਂ ਕਹਿੰਦਾ ਪ੍ਰੈਸ ਨੀ ਮਾਰਦਾ, ਉਹ ਬਹਿ ਗਿਆ ਤਾਂ ਬਾਹਾਂ ਦੋ ਖੜੋ ਦੀ, ਇੱਕ ਦਿਨ ਨਹੀਂ ਆਇਆ ਗਰਾਉਂਡ ਦੇ ਪਾਸ ਨਹੀਂ ਪੜਿਆ, ਏਦਾਂ ਦੀ ਪ੍ਰੈਸ ਮਾਰੀ ਗਏ। ਕਬੱਡੀ ਤਾਂ ਡਰ ਨੀ ਸੀ ਲੱਗਦਾ ਕਿ ਮੰਮੀ ਕਹਿੰਦੇ ਸੱਟ ਚੋਟ ਨਾ ਲੱਗ ਜਾਏ? ਨਹੀਂ ਮੈਂ ਖੇਡਦਾ ਤਾਂ ਚੋਟ ਨਾ ਲੱਗਦਾ, ਕਬੱਡੀ ਖੇਡਦੇ ਹੁੰਦੇ ਸੀ।
ਕਬੱਡੀ ਖੇਡਣਾ ਚਾਹੁੰਦਾ ਸੀ ਬਸ ਮੇਰੇ ਘਰੇ ਇਦਾਂ ਪ੍ਰੋਬਲਮ ਸੀ ਫਿਰ ਇਸ ਕਰਕੇ ਮੈਂ ਛੱਡਣੀ ਤੇ ਅੱਜ ਬੋਲਣਗੇ ਪਹਿਲਵਾਨ ਜੀ ਵੀ ਪਹਿਲਵਾਨ ਜੀ ਆਪਣੇ ਬਾਰੇ ਵੀ ਦੱਸੋ ਕਿਹੜਾ ਪਿੰਡ ਆ ਪਹਿਲਾਂ ਕੀ ਕਰਦੇ ਸੀ ਮਨਜੀਤ ਜੀ ਉਹਨਾਂ ਦੇ ਨਾਲ ਕਿੱਦਾਂ ਮਤਲਬ ਗਰੁੱਪ ਦੇ ਵਿੱਚ ਆਏ ਹੋ ਕਿੱਦਾਂ ਇਹ ਸਭ ਕੁਝ ਮੁਲਾਕਾਤ ਤੁਹਾਡੀ ਭਿੰਦੇ ਜੀ ਉਹਨਾਂ ਨਾਲ ਵੀ ਹੋਈ ਆ ਮੇਰਾ ਪਿੰਡ ਆ ਗੱਲ ਕਰਿਆ ਇੱਕ ਮਿੰਟ ਆਵਾਜ਼ ਆਉਂਦੀ ਕਿ ਮਾਈਕ ਫੜਾਵਾਂ ਬੂਰ ਪਿਆ ਜੀ ਤਾਂ ਸਾਡੇ ਆਟੇ ਨੂੰ ਜਿਦਾਂ ਮਿੱਠਾ ਪੱਕਾ ਡਰਮੀਆਂ ਨੂੰ ਬੂਰ ਪਿਆ ਉੱਚੀ ਤੈਨੂੰ ਕਰਕੇ ਉੱਚੀ ਘਰੇ ਮਸ਼ੀਨਰੀ ਇੰਨੀ ਖੜੀ ਆ ਨਾ ਜਗ੍ਹਾ ਨੀ ਹੈਗੀ ਲਾਉਣ ਲਈ ਭਰਾ ਘਰੇ ਮਸ਼ੀਨਰੀ ਇੰਨੀ ਖੜੀ ਤੇ ਇਹਦੀ ਜੁਆਇਨਿੰਗ ਦੀ ਤੁਹਾਨੂੰ ਮੈਂ ਦੱਸਦਾ ਜੀ ਗੱਲ ਅਸੀਂ ਜਾਣਾ ਸੀ ਆਪਾਂ ਭਾਜੀ ਮੇਰੇ ਖਿਆਲ ਨਾਲ ਦਿੱਲੀ ਚੰਡੀਗੜ੍ਹ ਚੰਡੀਗੜ੍ਹ ਗਿਆ ਜੀ ਰੋਟੀ ਖਾਂਦੇ ਅਸੀਂ ਇਹ ਹੋ ਗਿਆ ਮੈਨੂੰ ਪੁਰਾਣੀਆਂ ਵੀਡੀਓ ਹਜੇ ਵੀ ਪਈਆਂ ਹੋਣੀਆਂ ਵਾ ਇਹਦੇ ਚੱਕ ਚੱਕ ਇੱਦਾਂ ਕੋਲੀਆਂ ਮੂੰਹ ਨੂੰ ਚੱਲ ਕਦੀ ਕਿਤੇ ਕੋਈ ਦਹੀਂ ਨਾਲ ਮੂੰਹ ਲਵੇਟ ਲਿਆ ਇਹਨੇ ਦਿਖਾ ਖਾ ਕੇ ਉਦੀ ਵੀਡੀਓ ਪਾਈਆਂ ਮੈਂ ਪਹਿਲਾਂ ਇਹਨੇ ਉਹ ਅੱਤ ਕਰਾਈ ਉਸ ਤੋਂ ਬਾਅਦ ਫਿਰ ਪੱਕਾ ਹੀ ਫਿਰ ਚਲੋ ਜੀ ਕਦੀ ਕਿਤੇ ਜਾਣਾ ਕਹਿਣਾ ਆ ਜਾ ਚੱਲੀਏ ਚੱਲ ਤੇ ਉੱਤੇ ਅੱਤ ਕਰਾਉਣ ਲੱਗ ਪਾਣੇ ਖੱਪ ਖੁੱਪ ਤਾਂ ਬਹੁਤ ਚੱਲਦੇ ਜਿਦਾਂ ਵੀਡੀਓ ਨੀ ਕਦੀ ਪਾਈਆਂ ਹੈਗੀਆਂ ਖੱਪ ਖੁੱਪ ਤਾਂ ਪਹਿਲਾਂ ਹੀ ਮੇਰੇ ਖਿਆਲ ਨਾਲ ਸੱਤ ਅੱਠ ਸਾਲ ਜਾਂਦੀਆਂ ਪੁਰਾਣੀਆਂ ਯੂਨੀਆਂ ਪੱਚੀ ਤੀਹ ਰਸਤੇ ਆਏ ਉਹਨੇ ਬਾਹਰੋਂ ਕੁੜੀਆਂ ਦੇ ਜਦੋਂ ਇਹਦਾ ਡਾਟਾ ਖੋਲ ਕੇ ਦੇਖ ਲਈਆਂ ਕਿ ਉਹ ਕਹਿੰਦੀਆਂ ਮੁੰਡਾ ਹੀ ਬਹੁਤ ਸਰੀਫ ਹੈ ਵਿਆਹ ਕਰਾਉਣਾ ਯਕੀਨ ਕਰੋ ਮੈਨੂੰ ਤਿੰਨ ਚਾਰ ਦਿਨ ਹਾਸਾ ਆਉਂਦਾ ਰਿਹਾ ਸ਼ੁਰੂ ਤੋਂ ਜਿਦਾਂ ਪਹਿਲਾਂ ਵੀ ਏਦੀ ਖੱਪ ਖੁੱਪ ਕਰਦੇ ਹੁੰਦੇ ਸ਼ਾਮ ਨੂੰ ਗਰਾਉਂਡ ਚਲ ਜਾਣਾ ਏਦੀ ਚਲੋ ਜੀ ਸਕੂਲ ਤੇ ਕਾਲਜ ਲੱਗੇ ਅਸੀਂ ਏਦੀ ਤੇ ਚਲੋ ਜੀ ਬਾਹਰ ਮੈਨੂੰ ਪਤਾ ਸੀ ਜਿਦਾਂ ਪਹਿਲੀ ਹੈ ਨਾ ਇੱਕ ਹਾਂ ਵੀ ਵਧੀਆ ਜਿਦਾਂ ਲੋਕੀ ਜਾਣਨ ਲੱਗ ਪੈਣੇ ਕੰਟੈਂਟ ਏਦਾਂ ਦਾ ਸੀਗਾ ਆਪਣੇ ਕੋਲ ਆਪਣੇ ਵੱਲੋਂ ਆਪਾਂ ਮਿਹਨਤ ਪੂਰੀ ਕਰੀ ਦੀ ਆ ਹਨਾ ਜੀ ਇਹ ਨੀ ਸੋਚੀਦਾ ਵੀ ਅਗਲਾ ਕਮੈਂਟ ਕੀ ਕਰਦਾ ਪਿਆ ਖਾਈ ਪੀ ਦਾ ਵੀ ਰੱਜ ਕੇ ਆ ਜੀ ਇੱਦਾਂ ਹੋਰ ਕੀ
ਹਰ ਇੱਕ ਚੀਜ਼ ਪਕਤਾਈ ਦੀ ਆ ਪਰ ਆਪਾਂ ਗਰਾਊਂਡ ਨੂੰ ਜਿਮ ਨੂੰ ਟਾਈਮ ਮੈਂ ਹੁਣ ਪੱਕਾ ਦਿੰਨਾ ਮੈਂ ਭਾਵੇਂ 7 ਵਜੇ ਸਵੇਰੇ ਉੱਠ ਕੇ ਜਾਵਾਂ ਭਾਵੇਂ ਮੈਂ ਲੇਟ ਹੋ ਜਾਵਾਂ ਸ਼ਾਮਾਂ ਨੂੰ ਜਾਵਾਂ ਜਿਮ ਜਾਣਾ ਹੀ ਜਾਣਾ ਆਹੀ ਤਾਂ ਅਸੀਂ ਵੀ ਦੇਖਦੇ ਆ ਰੁਟੀਨ ਬਣ ਗਈ ਜਾਵਾਂ ਹੁਣ ਉਦਾਂ ਵੀ ਹੁਣ ਆਪ ਨੂੰ ਪਿਆਰ ਹੋਣ ਲੱਗ ਗਿਆ ਸਰੀਰ ਨਾਲ ਹੁਣ ਮੈਨੂੰ ਆਪ ਨੂੰ ਲੱਗਣ ਲੱਗ ਗਿਆ ਵੀ ਮੇਰਾ ਮਸਲ ਬਣ ਗਿਆ ਆ ਯਾਰ ਕੀ ਕਿੱਥੇ ਆ ਦੇਖ ਕਿੱਥੇ ਮਸਲ ਕਿਹੜਾ ਬਣ ਗਿਆ ਉਹ ਦੱਸ ਕਹਿੰਦਾ ਅੱਜ ਮਸਲ ਹੀ ਦਿਖਾਈਏ ਸਰੀਰ ਅੱਛਾ ਪਿੰਡਾ ਜੀ ਨਹੀਂ ਹੁਣ ਵਧੀਆ ਹੋਣ ਲੱਗ ਗਿਆ ਠੀਕ ਆ ਜਦੋਂ ਵੀ ਤੁਸੀਂ ਵੀਡੀਓਜ਼ ਪੋਸਟ ਕਰਦੇ ਹੋ ਨਾ ਤੇ ਹਰ ਕੋਈ ਕਹਿੰਦਾ ਕਿ ਪਿੰਡਾ ਜੀ ਭਲਵਾਨ ਦਾ ਬਹੁਤ ਖਿਆਲ ਰੱਖਦੇ ਨੇ शरीर ही एडा बिचो खोल बनिया फाटे ही इन्ने बजे दिल से मदारी लगता इधर मुड़े टपूगा टपूगा दिल्ली गए बकरा हुण शेख बना के गए थे हुण लोकां ने फोटो बहुत खिचाईआं उत्ते एयरपोर्ट ते उन्हां नूं लग्गा वी असली दा शेख आ फिर बोले अच्छा मैनूं दसो बोले की सी आखिरकार चौमो मोंग करके उची बोल बोले यार सची कहो इंग्लिश नो लैंग्वेज नो लैंग्वेज लैंग्वेज तो मैं आप नही पता मेनू तो पता नहीं अज ते किन्ने ब्लॉग पाए आ पहला ब्लॉग जिहड़ा मैं पूरा देखिया
ਦੋ ਵਾਰੀ ਦੇਖਿਆ ਮੈਂ ਆਪ ਨੂੰ ਬਹੁਤ ਹਾਸਾ ਆਇਆ ਵਾਰੀ ਬਲੌਗ ਦੇਖਿਆ ਉਹ ਅੱਛਾ ਮਤਲਬ ਉਹ ਬਲੌਗ ਦਾ ਅਸੀਂ ਤੁਹਾਨੂੰ ਸਾਈਡ ਤੇ ਦਿਖਾਉਂਦੇ ਨੇ ਕਿ ਕਿਹੜਾ ਬਲੌਗ ਸੀ ਤੁਸੀਂ ਦੇਖਿਆ ਹੋਣਾ ਪਰ ਫਿਰ ਵੀ ਅਸੀਂ ਸਾਈਡ ਤੇ ਦਿਖਾਵਾਂਗੇ ਤੇ ਉਹਨੂੰ ਜ਼ਰੂਰ ਕਲਿੱਕ ਕਰਿਓ ਮਤਲਬ ਉਹ ਮਾਮਾ ਜੀ ਦੀ ਇੱਡੀ ਬੇਇੱਜ਼ਤੀ ਮਾਮਾ ਜੀ ਗੁੱਸਾ ਨਹੀਂ ਤਾਂ ਮਾਮਾ ਜੀ ਨਹੀਂ 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 ਸਾਡੇ ਸਾਰੇ ਰਿਸ਼ਤੇਦਾਰ ਇਦਾਂ ਠੀਕ ਆ ਗੁੱਸਾ ਨਹੀਂ ਕੋਈ ਵੀ ਕਰਦਾ ਮਾਮਾ ਪਹਿਲਾਂ ਸਾਡੀ ਬੇਇੱਜ਼ਤੀ ਕਰਦਾ ਸੀ मामा सारी वार्ड कोश कदी इन्हू कह दे कदी जे अभी जलंधर रोग गड्डी छत बहुत पैंदी आ शुरू तो बहुत खपी जिदा पुरानी वीडियो भी कई बनिया थी जान के चिड़ी जाना भाजी जिदा जिदा ओदी कही जाना कदी कुछ कहता कदी कुछ कहता ऐदा जिदा कही जाना खप करी जानी गला कढ़ी जानी भोले नूं कढ़ाई जानी ऐदा एक गुट ते पीर वाली वीडियो पाई थी 6.5 लाख शेयर ही हुई थी मैं बनाई थी गामे भाजी नूं जिदा ब्लड रह गया थोड़ा घट हो गया ब्लड जिदा इलाज चलदा सी इत्थों कर लैंदे सीगे असीं रोटी खानी मेनु लैब बनी है मेनू कही ऑर्डर कर कहना रोटी खानी है मैं ऑर्डर करती जोमेटो ते भोले नूं जिदा गाला कढ़ी जाना नहीं कहिंदा गोला कहिंदा नहीं घर बनी आ जिदा जान के कही जाने ऐदां गोला जान के जिदा कम करी जावे ते असीं रोटी मंगा ली उधरों जिदा मम्मी थले भी है घुमाओ जी सानू फोन आया जो मीह बहुत पैंदा सी कहते गामे भाजी की डेथ हो गई मैं एमी मारते मैं मजाक ही करते मैं दोबारा जी दोबारा एक होर मुंडे का आया मैं झूठ मारी जाने तुम्हें जिम्मे भाजी को दसिया भाजी भी इतने से अभी गए जाके जो रश पिया जाके देखा अजे रोटी भी नहीं खाधी थी इतनी अटैक ही आ गया कहते हाँ जी रोटी भी उत्थी पई थी जिदा इधर पछत्ती पई थी रोटी भी वो कहते इदी गए इतनी खप खुप करते उदो जकदम ही कि अटैक आ गया मेरे कहना मैं उत्थे जाके भाजी नूं फोन कीता मैं कहा भाजी ऑर्डर आ गया वा फड़ लिया जाके ऑर्डर लिया घर पता नहीं जिदा कह लो नसीबी नहीं हुई खादी नहीं रोटी भी नहीं उदी पई थी रोटी भी लफाफा इदी पैक की जोमेटो का पिया सी ठीक है पैक ही आ गया जकदम फिर ओके ओके 1 मिनट कट ले ओके सो ਬਹੁਤ ਬਣ ਜਾਂਦੇ ਨੇ ਲੋਕੀ ਹਨਾ
ਲੋਕ ਪਸੰਦ ਕਰਨ ਵਾਲੇ ਵੀ ਹੁੰਦੇ ਤੇ ਲੱਤਾਂ ਖਿੱਚਣ ਵਾਲੇ ਜਾਂ ਤਾਨੇ ਮਹਿਣੇ ਜਾਂ ਫਿਰ ਨਫ਼ਰਤ ਵਾਲੇ ਵੀ ਬਹੁਤ ਹੁੰਦੇ ਜਿਹੜੇ ਨੈਗੇਟਿਵ ਹੁੰਦੇ ਨੇ ਹਨਾ ਸੋ ਕਦੀ ਤੁਹਾਡੇ ਗਰੁੱਪ ਦੇ ਵਿੱਚੋਂ ਜਿਵੇਂ ਕੱਲ੍ਹ ਤੁਸੀਂ ਵੀਡੀਓ ਵੀ ਪੋਸਟ ਕੀਤੀ ਸੀ ਪਰ ਮੇਰਾ ਸਵਾਲ ਵੈਸੇ ਵੀ ਸਾਰਿਆਂ ਨੂੰ ਆ ਕਿ ਕਦੀ ਕਿਸੇ ਨੇ ਮੰਦਾ ਚੰਗਾ ਜਾਂ ਕਦੀ ਕਿਸੇ ਨੇ ਥ੍ਰੈਟ ਜਾਂ ਧਮਕੀ ਦਿੱਤੀ ਮੈਂ ਗੱਲ ਦੱਸਦਾ ਜੀ ਧਮਕੀ ਦੀ ਹੁਣ ਭਾਜੀ ਕੀ ਜਿੱਦਾਂ ਖਿਲਾਫ਼ ਕਿਸੇ ਨੇ ਉੱਥੇ ਚੰਡੀਗੜ੍ਹ ਜਾ ਕੇ ਰਿਪੋਰਟ ਦੇ ਦਿੱਤੀ ਕਹਿੰਦੇ ਇਹ ਤਾਂ ਨਸ਼ੇ ਸਪਲਾਈ ਕਰਦਾ ਜੀ ਨਸ਼ੇ ਦਾ ਧੰਦਾ ਕਰਦਾ सारा कुछ जे मैं किसी के न्याणे नूं बिगाड़ूंगा मेरे भी न्याणे बिगड़ूगा ही शैतान आप नहीं नशा कर दे लोका नूं कराउंदे आ एक साडे जिहा पहलवान आ दारू पींदा ਮੈਂ ਤਾਂ ਪਿਛਲੇ ਇੰਟਰਵਿਊ ਦੇ ਵਿੱਚ ਵੀ ਦੱਸਿਆ ਸੀਗਾ ਕਿ ਇਹਨਾਂ ਨੂੰ ਕਿਸੇ ਨਸ਼ੇ ਦਾ ਜ਼ਰੂਰ ਨਹੀਂ ਇਹਨਾਂ ਨੂੰ ਸਿਰਫ ਗੱਲਾਂ ਦਾ ਜ਼ਰੂਰ ਆ ਤੁਸੀਂ ਇੱਕ ਵਾਰੀ ਬੈਠੋਗੇ ਤਾਂ ਡਾਕਟਰ ਨੂੰ ਦਿਲ ਨਹੀਂ ਕਰਨਾ ਬਾਕੀ ਇਦਾਂ ਦੀ ਹੈ ਨਾ ਮੈਂ ਚਲੋ ਆਹ ਵੀਡੀਓ ਵਿੱਚੋਂ ਕੱਟਿਓ ਨਾ ਮੇਰੀ ਉਹਦਾ ਜਿਹੜਾ ਮੈਨੂੰ ਨਸ਼ੇ ਦਾ ਕਹਿੰਦੇ ਆ ਜਾਣੀ ਕਿ ਮੈਂ ਹੁਣ ਵਿਆਹਿਆ ਆ ਮੈਂ ਨਹੀਂ ਕੁਛ ਵੀ ਕਰ ਸਕਦਾ ਮੇਰਾ ਰਿਸ਼ਤਾ ਜੋੜਨਾ ਚਾਹੁੰਦੇ ਆ ਪਰ ਮੈਂ ਨਹੀਂ ਜੋੜਨਾ ਚਾਹੁੰਦਾ ਸੌਰੀ ਆ ਇਦਾਂ ਦੀਆਂ ਹਰਕਤਾਂ ਨਾ ਕਰਨ ਤਾਂ ਵਧੀਆ ਗੱਲ ਆ ਠੀਕ ਆ ਬਾਕੀ ਜੇ ਮੰਨ ਲਓ ਨਸ਼ਾ ਕਰਦੇ ਹੋਈਏ ਜਾਂ ਵੇਚਦੇ ਹੋਈਏ ਕਦੋਂ ਦੇ ਜੇਲ੍ਹਾਂ 'ਚ ਹੁੰਦੇ ਅੱਜ ਵੀ ਇੱਥੇ ਫਿਰਦੇ ਹਾਂ ਤੇ ਮਾਲਕ ਦੀ ਦਿਆ ਇੱਦਾਂ ਹੀ ਫਿਰਾਂਗੇ ਨਾ ਕਿਸੇ ਦਾ ਮਾੜਾ ਕੀਤਾ ਤੇ ਨਾ ਆਪਾਂ ਕਰਨਾ ਹੀ ਆ ਜੀ ਕਰਨ ਵਾਲੇ ਆਪਾਂ ਹੀ ਭਰਨਗੇ ਜੀ ਆਪ ਨੂੰ ਵੀ ਪੂਰਾ ਇੰਨਾ ਤਜਰਬਾ ਨਹੀਂ ਸੀ ਕਈ ਵਾਰੀ ਕਿਸੇ ਦੇ ਖਿਲਾਫ਼ ਪੈ ਜਾਂਦੀ ਸੀ ਬਾਕੀ ਏਦਾਂ ਆਪਾਂ ਕਿਸੇ ਵੀ ਧਰਮ ਨੂੰ ਮਾੜਾ ਨੀ ਕਹਿੰਦੇ ਠੀਕ ਆ ਸਾਰਿਆਂ ਦੇ ਆਪੋ ਆਪਣੇ ਧਰਮ ਆ ਕੋਈ ਕਿਸੇ ਨੂੰ ਮੰਨਦਾ ਕੋਈ ਕਿਸੇ ਨੂੰ ਵਧੀਆ ਗੱਲ ਆ ਤੇ ਏਦਾਂ ਕੋਈ ਵੀਡੀਓ ਏਦਾਂ ਗਲਤ ਮਤ ਪੈ ਜਾਂਦੀ ਅਗਲਾ ਕਮੈਂਟ ਕਰਕੇ ਦੱਸ ਦਿੰਦਾ ਕਿ ਭਾਜੀ ਆਹ ਚੀਜ਼ ਗਲਤ ਆ ਕੱਟ ਦਿਓ ਕਈ ਜਿੱਦਾਂ ਕਈ ਫੁਕਰੇ ਵੀ ਹੁੰਦੇ ਫੇਕ ਆਈਡੀਆਂ ਤੋਂ ਉਹ ਫਿਰ ਮੁੜ ਕੇ ਕੋਈ ਰਿਪਲਾਈ ਵੀ ਨਹੀਂ ਉਹਨਾਂ ਦਾ ਆਉਂਦਾ ਜਦੋਂ ਉਹਨਾਂ ਦਾ ਨੰਬਰ ਵਗੈਰਾ ਮੰਗੀ ਦਾ ਜਾਂ ਦੇ ਦੱਸੋ ਕੁਛ ਕਿਉਂ ਆਪ ਉਹ ਬੰਦੇ ਕਮੈਂਟ ਜ਼ਿਆਦਾ ਕਰਦੇ ਜਿਹੜੇ ਆਪ ਸਿਰੇ ਦੇ ਗੰਦੇ ਹੁੰਦੇ ਆ ਜਿਨ੍ਹਾਂ ਨੂੰ ਕੋਈ ਪਿੰਡ ਦੇ ਵਿੱਚ ਕੁੱਤਾ ਤੱਕ ਨਹੀਂ ਪੁੱਛਦਾ ਉਹ ਬੰਦੇ ਕਮੈਂਟ ਕਰਨਗੇ ਬਾਕੀ ਰਹੀ ਗੱਲ ਧਮਕੀਆਂ ਦੀ ਦੇਖੋ ਆਪਾਂ ਕਦੇ ਕਿਸੇ ਦਾ ਮਾੜਾ ਤਾਂ ਕੀਤਾ ਨਹੀਂ ਜੇ ਮਾੜਾ ਕਰੀਏ ਤੇ ਸਾਨੂੰ ਡਰ ਵੀ ਹੋਵੇ ਵੀ ਸਾਡੇ ਤੇ ਵੀ ਕੋਈ ਕਿਸੇ ਟਾਈਮ ਕੋਈ ਇੱਦਾਂ ਦੀ ਮਾੜੀ ਕੋਈ ਘਟਨਾ ਹੋ ਸਕਦੀ ਆ ਪਰ ਆਪਾਂ ਕਿਸੇ ਦਾ ਕਰਦੇ ਨਹੀਂ ਬਾਕੀ ਆ ਪਤਾ ਨਹੀਂ ਜਨਤਾ ਕਿੱਥੋਂ ਨੰਬਰ ਲੈ ਕੇ ਰਾਤ ਨੂੰ ਪੀ ਕੇ ਐਵੇਂ ਗਰੁੱਪਾਂ 'ਚ ਕਰਨਾ ਕੁਰਨਾ ਕਰੀ ਜਾਂਦੇ ਵਿੱਚੇ ਦੱਸਦੇ ਵੀ ਜਿੱਦਾਂ ਬਾਹਰੋਂ ਕੋਈ ਕਾਰਡ ਕੂਡ ਮਿਲਦੇ ਇੱਧਰ ਆਪਣੇ ਇੰਡੀਆ ਦੇ ਮੁੰਡੇ ਵੀ ਪਤਾ ਨਹੀਂ ਕਿੱਦਾਂ ਨੰਬਰ ਨੁੰਬਰ ਲਾ ਕੇ ਤਾਂ ਇੱਦਾਂ ਦੱਸਦੇ ਬਾਹਰਲੇ ਨੰਬਰਾਂ ਨੂੰ ਆਉਂਦਾ ਜਾਣੀ ਕਿ ਫੋਨ ਉਹ ਐਵੇਂ ਵਿੱਚ ਹੱਸੀ ਵੀ ਜਾਂਦੇ ਆ ਉਹ ਕਰਦੇ ਇੱਦਾਂ ਦਾ ਡਰਾਮਾ ਹੀ ਆ ਜੇ ਕਿਸੇ ਨੇ ਕੁਛ ਕਰਨਾ ਹੋਵੇ ਅਗਲਾ ਸਾਹਮਣੇ ਆਉਂਦਾ ਹੁੰਦਾ ਦੱਸਦਾ ਨਹੀਂ ਹੁੰਦਾ ਜੇ ਆਪਾਂ ਕਿਸੇ ਦਾ ਕੁਛ ਕਰਨਾ ਹੋਵੇ ਠੀਕ ਹੈ ਬਾਕੀ ਆਪਾਂ ਨੂੰ ਇੰਨਾ ਕਲੀਅਰ ਆ ਉਹ ਬਾਕੀ ਬਾਬੇ ਦੀ ਮਿਹਰ ਆ ਆਪਾਂ ਇੰਨਾ ਕਿਸੇ ਦਾ ਮਾੜਾ ਨਹੀਂ ਕੀਤਾ ਵੀ ਜਿਹੜਾ ਕੋਈ ਆਪਾਂ ਨੂੰ ਰਾਹ 'ਚ ਡੱਕੂਗਾ ਮਗਰ ਕਿੰਨੇ ਜਿੱਦਣ ਪਿੰਦਾ ਬਾਹਰ ਚਲ ਗਿਆ ਇੰਸਟਾ ਦਾ ਮੈਂ ਉਹ ਹਾਲ ਕਰੂੰਗਾ ਕਹਿੰਦਾ ਫੇਸਬੁੱਕ ਨਾਲੋਂ ਵੀ ਭੈੜੀ ਕਰ ਦਊਗਾ ਪਾਉਂਦਾ ਰੀਲਾਂ ਸਟੋਰੀਆਂ ਰੀਲਾਂ ਸਟੋਰੀਆਂ ਇਹ ਲਗਾਮ ਜਿਹੜੀ ਇੰਸਟਾ ਦੀ ਇਹਦੇ ਵਾਲੀ ਦੀ ਪਿੰਦੇ ਦੇ ਹੱਥ ਇੱਕ ਰੱਸੀ ਪਿੰਦੇ ਕੋਲ ਆ ਜੇ ਪਿੰਦਾ ਖਿੱਚ ਲੈਂਦਾ ਫੜ ਕੇ ਦਊਗਾ ਜਿਹੜਾ ਬੜੀ ਪਾਲਦੇ ਆ ਜਿਹੜਾ ਭਲਵਾਨ ਨੇ ਫੇਸਬੁੱਕ ਚਲਾਉਂਦਾ ਜੀ ਅੱਗੇ ਨਹਾਉਣਗੇ ਆ ਉੱਥੇ ਆਪਣੇ ਸਰੀਰ ਦੀਆਂ ਇਹਨੇ 5-7 ਫੋਟੋਆਂ ਪਾ ਲਈਆਂ ਕਿਤੇ ਉਹਦਾ ਟੈਗਰ ਲਾ ਕੇ ਖੜਾ ਉੱਥੇ 25-30 ਫੋਟੋਆਂ ਖਿੱਚ ਕੇ ਉਹੀ ਪੋਸਟ ਚ ਪਾ ਦੇਣੀਆਂ ਨੇ ਅੱਛਾ ਇਦਾਂ ਸੀਗਾ ਭਲਵਾਨ ਠੀਕ ਹੈ ਠੀਕ ਹੈ ਫੇਸਬੁੱਕ ਦਾ ਇਦਾਂ ਕੀਤਾ ਜੀ ਇਹਨਾਂ ਸੋ ਫਿਰ ਹੁਣ ਭਲਵਾਨ ਜੀ ਨੇ ਆਪਣਾ ਬਣਾ ਲਿਆ ਇੰਸਟਾਗ੍ਰਾਮ ਅਕਾਊਂਟ ਤੇ ਹੈਪੀ ਜੀ
महीने के बाद जिदा जाले जुले लाने भाजी खादा पीता भांडे मांजदा ने झाड़ू पोचा करता उदो तो आंदे हुण थोड़ा जिदा सिंगापुर तो आया जिदा खप कर मनजीत भाजी कहते चलो आप बाकी होर वीडियो देखने लिए अपना चैनल कर लियो सबसक्राइब ते स्नैपचैट दी आईडी हैगी आ जी bpawar3 ते इंस्टाग्राम दी हैगी आ pawar.singh ते कर लियो सारे जाने फॉलो फिर ज्यादा वीडियो आपां उत्ते ही पाई दियां ब्लॉग ते चलो हफ्ते च दो की पाई दे आ ते कर लियो बाकी अकाउंट भी फॉलो टिकटॉक दी हैगी आ pawar.singh जी कर लियो सर्च ते कर लियो फॉलो होना पई।